ਬਦਲਾਖੋਰੀ ਦੀ ਅੱਗ ਕਿਸ ਹੱਦ ਤੱਕ ਜਾ ਸਕਦੀ ਹੈ ਇਹ ਮਾਮਲਾ ਦਰਸਾਉਂਦਾ ਜੋ ਕਿ ਫਰੀਦਕੋਟ ਤੋਂ ਸਾਹਮਣੇ ਆਉਂਦਾ। ਦਰਅਸਲ NRI ਮੁੰਡਾ ਜੋ ਕਿ ਛੁੱਟੀਆਂ ਕੱਟਣ ਦੇ ਲਈ ਵਿਦੇਸ਼ ਤੋਂ ਪੰਜਾਬ ਪਰਤਿਆ ਸੀ, ਪਰ ਕੀ ਪਤਾ ਸੀ ਕਿ ਪਿੱਛੇ ਦੁਸ਼ਮਣ ਘਾਤ ਲਗਾਈ ਬੈਠੇ ਨੇ ਤੇ ਇੰਤਜ਼ਾਰ ਕਰ ਰਹੇ ਨੇ। ਦਰਅਸਲ ਇਹ ਮੁੰਡਾ NRI ਜੋ ਕਿ ਪੰਜਾਬੀ ਦੱਸਿਆ ਜਾ ਰਿਹਾ ਹੈ, ਫਰੀਦਕੋਟ ਦੇ ਵਿੱਚ ਆਪਣੇ ਨਾਨਕੇ ਪਰਿਵਾਰ ਦੇ ਨਾਲ ਮਿਲਣ ਦੇ ਲਈ ਆਉਂਦਾ ਅਤੇ ਉਸ ਤੋਂ ਬਾਅਦ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਨਤਮਸਤਕ ਹੁੰਦਾ ਅਤੇ ਜਦੋਂ ਘਰ ਪਰਤਦਾ ਤਾਂ ਤੜਕ ਸਵੇਰ ਹੀ ਉਸ ਉੱਤੇ ਕੁਝ ਨੌਜਵਾਨਾਂ ਦੇ ਵੱਲੋਂ ਤੇਜ਼ ਤਰਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਘਬਰਾ ਜਾਂਦੇ ਨੇ ਅਤੇ ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਉਂਦੇ ਨੇ, ਪਰ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ ਅਤੇ ਮੁੰਡੇ ਦੀ ਜਾਨ ਜਾ ਚੁੱਕੀ ਹੁੰਦੀ ਹੈ। ਪਰ ਇਹ ਹਮਲਾ ਆਖਿਰਕਾਰ ਕਿਉਂ ਕਰਵਾਇਆ ਗਿਆ? ਵਿਦੇਸ਼ 'ਚ ਬੈਠ ਕੇ ਕਿਸ ਤਰੀਕੇ ਨਾਲ ਇਸ ਮੁੰਡੇ ਦੀ ਸਾਜਿਸ਼ ਰੜੀ, ਵਿਦੇਸ਼ ਦੇ ਵਿੱਚ ਬੈਠ ਕੇ ਕੁਝ ਨੌਜਵਾਨਾਂ ਦੇ ਵੱਲੋਂ ਇਸ ਮੁੰਡੇ ਨੂੰ ਮਾਰਨ ਦੀ ਸਾਜਿਸ਼ ਰਚੀ ਜਾਂਦੀ ਹੈ ਅਤੇ ਇਸ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ। ਦਰਅਸਲ ਇਹ ਮਾਮਲਾ ਪੂਰਾ ਰੰਜਿਸ਼ਖੋਰੀ ਦਾ। ਫਰੀਦਕੋਟ ਦੇ ਡੋਗਰਾ ਬਸਤੀ ਦੇ ਵਿੱਚ ਆਪਣੇ ਨਾਨਕੇ ਪਰਿਵਾਰ ਨੂੰ ਮਿਲਣ ਦੇ ਲਈ ਇਹ ਮੁੰਡਾ ਆਇਆ ਸੀ, ਜਿਸ ਉੱਤੇ ਇਹਨਾਂ ਲੋਕਾਂ ਦੇ ਵੱਲੋਂ ਹੀ ਤੇਜ਼ ਤਰਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਘਰ ਦੇ ਨਜ਼ਦੀਕ ਲੱਗੀ CCTV ਫੁਟੇਜ ਜੇਕਰ ਨਾ ਹੁੰਦੀ ਤਾਂ ਇਹਨਾਂ ਹਮਲਾਵਰਾਂ ਦੀ ਪਛਾਣ ਕਰਨੀ ਸ਼ਾਇਦ ਪੁਲਿਸ ਨੂੰ ਔਖੀ ਹੋ ਜਾਣੀ ਸੀ। ਇਸੇ CCTV ਦੇ ਆਧਾਰ ਦੇ ਉੱਤੇ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਨੇ ਕਾਬੂ ਦੇ ਵਿੱਚ ਲਿਆ। ਹਾਲਾਂਕਿ NRI ਪਰਿਵਾਰ ਦੇ ਵੱਲੋਂ ਮੀਡੀਆ ਦੇ ਨਾਲ ਕਿਸੇ ਵੀ ਤਰੀਕੇ ਦੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ, ਪਰ ਜਦੋਂ ਇਸ ਬਾਬਤ ਖੁਲਾਸਾ ਹੋਇਆ ਤਾਂ ਪਤਾ ਲੱਗਦਾ ਕਿ ਵਿਦੇਸ਼ ਦੇ ਵਿੱਚ ਸਟੋਰ 'ਚੋਂ ਨੌਕਰੀ ਤੋਂ ਕੱਢੇ ਜਾਣ ਦੇ ਬਦਲਾ ਲੈਣ ਦੇ ਲਈ ਇਹ ਹਮਲਾ ਕਰਵਾਇਆ ਜਾਂਦਾ। ਨੌਕਰੀ ਤੋਂ ਹਟਾਏ ਜਾਣ ਤੋਂ ਬਾਅਦ ਲੜਕਾ ਆਪਣੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰਦਾ ਅਤੇ ਪੰਜਾਬ ਬੈਠੇ ਆਪਣੇ ਸਾਥੀਆਂ ਤੋਂ ਹਮਲਾ ਕਰਵਾ ਦਿੰਦਾ, ਆਪਣੇ ਸਾਥੀਆਂ ਨੂੰ ਕੁਝ ਪੈਸੇ ਦਿੰਦਾ ਵਿਦੇਸ਼ 'ਚ ਹੀ ਬੈਠ ਕੇ ਅਤੇ ਉਹਨਾਂ ਨੂੰ ਹਮਲਾ ਕਰਨ ਦੇ ਲਈ ਕਹਿੰਦਾ ਅਤੇ ਰੇਖੀ ਕਰਨ ਦੇ ਲਈ ਵੀ ਕਹਿੰਦਾ। ਸੋਸ਼ਲ ਮੀਡੀਆ ਦੇ ਜ਼ਰੀਏ ਉਹ ਲੋਕੇਸ਼ਨ ਟਰੇਸ ਕਰਦੇ ਨੇ ਅਤੇ ਉਸ ਉੱਤੇ ਹਮਲਾ ਬੋਲ ਦਿੰਦੇ ਨੇ ਅਤੇ ਮਾਮਲੇ ਦੀ ਪੜਤਾਲ ਦੇ ਦੌਰਾਨ ਚਾਰਾਂ ਹਮਲਾਵਰਾਂ ਦੀ ਪਹਿਚਾਣ ਜੋ ਕਿ ਗੁਰਦਾਸਪੁਰ ਅਤੇ ਬਟਾਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪਰਚਾ ਵੀ ਦਰਜ ਕਰ ਲਿਆ ਗਿਆ। ਇਹ ਜੀ ਲੜਕਾ ਆਪਣਾ ਉਸ ਦਿਨ ਪਹਿਲਾਂ ਬਾਹਰੋਂ ਆਇਆ ਸੀਗਾ, ਇਹਨਾਂ ਦੀ ਰਹਿਸ਼ ਜਿਹੜੀ ਹੈਗੀ ਆ ਆਪਣਾ ਅਦਰ ਸਟੇਟ 'ਚ ਹੈਗੀ ਆ। ਇਹਦੇ ਜਿਹੜੇ ਨਾਨਕੇ ਸੀ ਜਿੱਥੇ ਫਰੀਦਕੋਟ, ਅਤੇ ਘੁੰਮਣ ਲਈ ਆਇਆ ਸੀਗਾ। ਪਹਿਲਾਂ ਕਈ ਧਾਰਮਿਕ ਸਥਾਨਾਂ ਦੀ ਇਹਨੇ ਯਾਤਰਾ ਕੀਤੀ, ਉੱਥੋਂ ਘੁੰਮਦੇ ਆ ਇਹਨੇ ਵਾਪਸ ਆ ਰਹੇ ਸੀਗੇ। ਤਾਂ ਇਹ 5 ਤਰੀਕ ਜਿਹੜੀ ਆ ਰਾਤ ਨੂੰ ਜਦ ਇਹ ਵਾਪਸ ਮੁੜੇ ਤਾਂ ਇਹ ਸਵੇਰੇ 4 ਵਜੇ ਆਪਦੇ ਘਰ ਪਹੁੰਚੇ ਆ। ਇੱਥੇ ਅਣਪਛਾਤੇ ਬੰਦਿਆਂ ਨੇ ਜਿਹੜਾ ਇਹਨਾਂ 'ਤੇ ਦਾਤਾਂ ਨਾਲ ਹਮਲਾ ਕਰਤਾ ਜੀ, ਜਿਹਦੇ ਨਾਲ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ। ਅਤੇ ਉਸ ਤੋਂ ਬਾਅਦ ਫਿਰ ਜਿਹੜਾ ਇਹਨਾਂ ਨੂੰ ਹੋਸਪਿਟਲ ਐਡਮਿਟ ਕੀਤਾ ਗਿਆ ਜੀ, ਕੇਸ ਰਜਿਸਟਰ ਕੀਤਾ ਗਿਆ। ਇਸ ਤੋਂ ਬਾਅਦ ਜਿਹੜੇ ਆ ਇਹ ਬੰਦੇ ਜਿਹੜੇ ਆ ਫਿਰ ਨੋਮੀਨੇਟ ਹੋਏ, ਪਹਿਚਾਣ ਜਦ ਹੋਈ ਬੰਦਿਆਂ ਦੀ, ਇਹ ਬੰਦੇ ਬਟਾਲਾ ਅਤੇ ਗੁਰਦਾਸਪੁਰ ਨਾਲ ਸੰਬੰਧਿਤ ਹੈ। ਇੱਕ ਦਾ ਨਾਂ ਦਲਜੋਤ ਸਿੰਘ ਹੈ ਜੀ, ਇੱਕ ਜਸ਼ਨਪ੍ਰੀਤ ਸਿੰਘ ਹੈ ਜੀ, ਇਸ ਤੋਂ ਇਲਾਵਾ ਐਮੀ ਨਿਮਰਤਪਾਲ ਸਿੰਘ ਹੈਗਾ ਜੀ, ਲਵਪ੍ਰੀਤ ਲਵ ਹੈਗਾ। ਅਤੇ ਪਹਿਲਾਂ ਇਹਨਾਂ ਨੇ ਜੀ 4 ਤਰੀਕ ਨੂੰ ਇਹਨਾਂ ਦੀ ਰੈਕੀ ਕੀਤੀ ਹੈ। ਰੈਕੀ ਕਰਕੇ ਉਸ ਤੋਂ ਬਾਅਦ ਫਿਰ ਜਦ ਇਹਨਾਂ ਨੂੰ ਇਹ ਪਤਾ ਲੱਗ ਗਿਆ, ਇੱਕ ਇਹਨਾਂ ਨੇ ID ਜਿਹੜੀ ਆ ਦੂਸਰੀ ਸਨੈਪਚੈਟ ਜਿਹੜੀ ਆ ਉਹਦੇ 'ਤੇ ਉਹਦੇ ਨਾਲ ਗੱਲ ਕਰ ਰਹੇ ਸੀ, ਜਦ ਚੈਟਿੰਗ ਕਰ ਰਹੇ ਸੀ, ਚੈਟਿੰਗ ਦੇ ਦੌਰਾਨ ਜਿਹੜੀ ਇਹਨਾਂ ਦੀ ਲੋਕੇਸ਼ਨ ਵਗੈਰਾ ਲੈਂਦੇ ਰਹੇ, ਉਹਨੂੰ ਪੁੱਛਦੇ ਰਹੇ। ਅਲਟੀਮੇਟ ਜਿਹੜਾ ਇਹਨਾਂ ਦੇ ਫਿਰ ਸਰਟੀਫਿਕੇਟ ਮਾਰੀ ਆ, ਇੱਕ ਅਮਨ ਨਾਂ ਦਾ ਲੜਕਾ ਹੈਗਾ ਜੀ ਬਾਹਰ, ਉਹ ਜਿਹੜਾ ਇਹਨਾਂ ਦੀ ਮਦਰ ਕੋਲ ਇਹਨਾਂ ਦਾ ਗੈਸ ਸਟੇਸ਼ਨ ਵੀ ਹੈ ਜੀ ਬਾਹਰ, ਅਤੇ ਉੱਥੇ ਇਹਨੇ ਜਿਹੜਾ ਸਟੋਰ ਵਗੈਰਾ ਹੈਗਾ ਉਹਨਾਂ ਨੇ ਕਿਤੇ ਉਹਨਾਂ ਦੇ ਦੱਸਣ ਮੁਤਾਬਕ ਚੋਰੀ ਕਰਦਾ ਫੜ ਲਿਆ ਕਿਤੇ, ਉਹਨਾਂ ਨੇ ਇਹਨਾਂ ਨੂੰ ਡਰੋਪ ਕਰਤਾ।
ਉਹਨੂੰ ਨੌਕਰੀ ਤੋਂ ਜਵਾਬ ਦਿੱਤਾ। ਉਸ ਗੁੱਸੇ 'ਚ ਆ ਕੇ ਜਿਹੜਾ ਜੀ ਇਹਨਾਂ ਨੇ ਜਿਹੜਾ ਹਮਲਾ ਕੀਤਾ, ਇਹ ਮੁੰਡਿਆਂ ਨੂੰ ਉਹਨਾਂ ਨੇ ਬਾਹਰੋਂ ਪੈਸੇ ਪੂਸੇ ਵੀ ਜਿਹੜੇ ਪਾਏ, ਅਤੇ ਉਹਨਾਂ ਨੇ ਜਿਹੜਾ ਸਪਾਰੀ ਲੈ ਕੇ ਕੀਤਾ ਸਾਰਾ ਕੁਛ। ਵੈਸੇ ਤਾਂ ਉਹਦਾ ਫਰੰਟ ਸਰਕਲ ਹੈਗਾ ਜੀ ਇਹਨਾਂ ਮੁੰਡਿਆਂ ਨਾਲ, ਜਿਹੜਾ ਅਮਨ ਹੈਗਾ ਉਹਦਾ ਨਾਂ, ਜਿਹੜਾ ਹੈਗਾ ਸੁਖਪ੍ਰੀਤ ਵੀ ਆ, ਡੀ ਪੀ ਮਾਨ ਨਾਂ ਦੀ ਉਹ ਇੱਕ ਬਣਾਈ ਬੈਠਾ ਜੀ ਆਈ ਡੀ, ਮਤਲਬ ਵੈਸੇ ਉਹਦਾ ਨਾਂ ਉਹਦਾ ਸੁਖਪ੍ਰੀਤ ਬੰਨੂ ਵੀ ਆ, ਅਮਨ ਵੀ ਕਹਿ ਦਿੰਦੇ ਜੀ। ਤਾਂ ਉਹਨੇ ਕੁਛ ਪੈਸੇ ਵੀ ਪਾਏ ਇਹਨਾਂ ਨੂੰ, ਪਰ ਵੈਸੇ ਉਹਦੇ ਜਿਹੜੇ ਫਰੈਂਡ ਸਰਕਲ ਦੇ ਮੁੰਡੇ ਆ ਜੀ ਜਿਹਨਾਂ ਨੇ ਇਹਦੀ ਕੁੱਟਮਾਰ ਕੀਤੀ। ਕਿੱਥੋਂ ਆਇਆ ਸੀਗਾ ਮੁੰਡਾ ਜੀ? ਜੀ ਅਮੈਰੀਕਾ ਤੋਂ ਆਇਆ ਸੀਗਾ, ਮੈਂ ਥੋੜ੍ਹਾ ਜਿਹਾ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ ਇਹਨਾਂ ਦੀ ਉਹ ਸ਼ਹਿਰ ਨਹੀਂ ਕੋਟ ਕਰ ਰਿਹਾ। ਹੁਣ ਕੀ ਕਾਰਵਾਈ ਹੋਈ ਅੱਗੇ? ਇਹਨਾਂ ਦੇ ਜਿਹੜਾ ਹਾਰਟ ਦੇ ਜਿਹੜੇ ਅਸੀਂ ਧਾਰਾ ਲਾ ਕੇ ਪਰਚੇ ਦਿੱਤੇ ਗਏ ਆ, ਪੁਰਾਣੀ 458 ਹੁੰਦੀ ਸੀਗੀ ਜੀ, ਅਤੇ ਹੁਣ ਦੇ ਜਿਹੜੀਆਂ ਨਵੀਆਂ ਧਾਰਾਵਾਂ ਦਾ ਜਿਹੜਾ BNS ਦੇ ਤਹਿਤ ਕੇਸ ਰਜਿਸਟਰ ਕੀਤਾ ਗਿਆ ਇਹਨਾਂ ਦੀ 331(6), 118(1), 115(2), 3(5) BNS ਇਹਦੇ ਤਹਿਤ ਕੇਸ ਰਜਿਸਟਰ ਕੀਤੇ ਗਏ। ਕਾਫੀ ਸੱਟਾਂ ਸੀਗੀਆਂ ਜੀ ਇਹਦੇ, ਅਤੇ ਜਿਹੜੀ ਸ਼ਾਰਪ ਵੀ ਆ, ਲੇਟੈਸਟ ਜਿਹੜਾ ਮੈਨੂੰ ਪਤਾ ਲੱਗਿਆ ਸ਼ਾਇਦ 326 'ਚ ਕਨਵਰਟ ਹੋਈ, ਕਿਉਂਕਿ ਇੱਥੋਂ ਸ਼ਿਫਟ ਕਰਨਾ ਪਿਆ ਸੀਗਾ ਜੀ ਉਹਨਾਂ ਨੂੰ, ਬਿਹਤਰ ਇਲਾਜ ਲਈ ਚੰਡੀਗੜ੍ਹ। ਇੰਨੀ ਸ਼ਨਾਖਤ ਹੋ ਗਈ ਜੀ, ਜਿਹੜੇ ਆ ਲੜਕੇ ਗ੍ਰਿਫਤਾਰ ਕੀਤੇ ਜਾ ਚੁੱਕੇ ਜੀ।